ਕਮਿਸਿਸ ਆਗਾ ਦਾ ਆਦਮੀ ਹੈ ਜਿਸ ਨੂੰ ਆਲਰੇਡੀ ਚਾਰਜ ਕੀਤਾ ਹੋਇਆ ਹੈ ਪੁਲਿਸ ਨੇ ਕਿਉਂਕਿ ਇਹ ਲੋਕਾਂ ਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਹੈ ਕੋਈ ਸਬਸਟੈਂਸ ਯੂਜ਼ ਕਰਕੇ ਆਪ ਜਿਹੜਾ ਹੈ ਸੁਸਾਈਡ ਕਰ ਸਕਦੇ ਨੇ ਆਲਰੇਡੀ ਪੁਲਿਸ ਨੇ ਇਸ ਨੂੰ ਅਰੈਸਟ ਕੀਤਾ ਹੋਇਆ ਹੈ ਔਰ 12 ਹੋਰ ਨਵੇਂ ਚਾਰजेस ਇਸ ਆਦਮੀ ਦੇ ਉੱਪਰ ਲੱਗ ਗਏ ਨੇ ਕਿਉਂਕਿ ਇੱਕ ਲੀਟਲ ਸਬਸਟੈਂਸ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਵਲਨਰੇਬਲ ਲੋਕਾਂ ਨੂੰ ਇਹ ਆਪਣੀ ਵੈਬਸਾਈਟਸ ਤੇ ਰਾਹੀਂ ਵੇਚ ਦਿੰਦਾ ਹੈ ਔਰ ਜੀਟੀਏ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਚਾਰजेस ਇਸ ਆਦਮੀ ਤੇ ਲੱਗੇ ਨੇ ਮਿਸਿਸ ਆਗਾ ਦਾ ਰਹਿਣ ਵਾਲਾ ਹੈ ਆਦਮੀ ਔਰ ਇਹ ਡੈਡਲੀ ਸਬਸਟੈਂਸ ਜਿਹ ਲੋਕਾਂ ਨੂੰ ਦੇ ਦਿੰਦਾ ਹੈ ਜਿਹੜੇ ਕਿ ਆਲਰੇਡੀ ਵਲਨਰੇਬਲ ਹੁੰਦੇ ਨੇ 55 ਸਾਲ ਦਾ ਆਦਮੀ ਹੈ ਕੈਨੇਥ ਲਾਅਰ ਸੱਤ ਡਿਫਰੈਂਟ ਜਿਹੜੇ ਰੀਜਨਸ ਹੈਗੇ ਨੇ ਅਨਟੇਰੀਅਰ ਦੇ ਵਿੱਚ ਉਸਤੇ ਇਸ ਦੇ ਖਿਲਾਫ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਇਸਤੇ ਬਾਰੇ ਚੱਲ ਰਹੀ ਹੈ ਔਰ ਦੋ ਕਾਉਂਟਸ ਪਹਿਲੇ ਵੀ ਇਸਤੇ ਉੱਪਰ ਲੱਗ ਚੁੱਕੇ ਨੇ ਚਾਰजेस ਲੱਗੇ ਹੋਏ ਨੇ ਕਿਉਂਕਿ ਇਸਨੇ ਪੀਲ ਰੀਜਨ ਦੇ ਵਿੱਚ ਜਿਹੜੀ ਹੈ ਸੁਸਾਈਡਸ ਦੇ ਵਿੱਚ ਲੋਕਾਂ ਨੂੰ ਕਾਉਂਸਲ ਕੀਤਾ ਔਰ ਉਹਨਾਂ ਨੂੰ ਹੈਲਪ ਕੀਤਾ ਕਿਉਂਕਿ ਸਾਂ ਸੁਸਾਈਡ ਜਿਹੜਾ ਹੈ ਕਰ ਸਕਦੇ ਨੇ ਔਰ ਲੇਟੈਸਟ ਜਿਹੜੇ ਚਾਰजेस ਨੇ ਉਹਨਾਂ ਦੇ ਵਿੱਚ ਚਾਰ ਡੈਥ ਜਿਹੜੀਆਂ ਟ੍ਰਾਂਟੋ ਰੀਜਨ ਦੇ ਵਿੱਚ ਹੋਈਆਂ ਨੇ ਇੱਕ ਡਰਮ ਰੀਜਨ ਦੇ ਵਿੱਚ ਹੋਈ ਹੈ ਇੱਕ ਲੰਡਨ ਦੇ ਵਿੱਚ ਇੱਕ ਥੰਡਰਬੇ ਦੇ ਵਿੱਚ ਇੱਕ ਵਾਟਰਲੂ ਦੇ ਵਿੱਚ ਡੈਥ ਹੋਈ ਹੈ ਔਰ ਇੱਕ ਐਡੀਸ਼ਨਲ ਡੈਥ ਜਿਹੜੀ ਹੈ ਪੀਲ ਰੀਜਨ ਦੇ ਵਿੱਚ ਹੋਈ ਹੈ ਪੀਲ ਪੁਲਿਸ ਦਾ ਕਹਿਣਾ ਹੈ ਕਿ ਇਹ ਜਿਹੜੀ ਆਇਡੈਂਟੀਟੀ ਹੈ ਇਹਨਾਂ ਵਿਕਟਿਮਸ ਦੀ ਰਿਲੀਜ਼ ਨਹੀਂ ਕੀਤੀ ਜਾ ਸਕਦੀ ਪਰ ਇਹ ਜਿਹੜੇ ਵੀ ਜਿਨ੍ਹਾਂ ਦੀ ਜਿਹੜੀ ਡੈਥਸ ਹੋਈਆਂ ਨੇ 16 ਤੋਂ ਲੈ ਕੇ 36 ਸਾਲ ਤੱਕ ਇਹਨਾਂ ਦੀ ਉਮਰ ਹੈਗੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਆਦਮੀ ਖਿਲਾਫ ਸ਼ੁਰੂ ਹੋਈ ਸੀਗੀ ਜਦੋਂ ਅਚਾਨਕ ਮੌਤ ਹੋ ਗਈ ਸੀਗੀ ਔਰ ਕੁਝ ਲੋਕਾਂ ਦੀ ਔਰ ਇਹ ਲੋਕ ਜਿਹੜੇ ਨੇ ਸੋਡੀਅਮ ਨਾਈਟਰਾਇਟ ਇਸ ਦੀ ਵਰਤੋਂ ਕਰਕੇ ਜਿਹੜੇ ਹੈ ਇਸ ਨੂੰ ਕੰਜ਼ਿਊਮ ਕਰਕੇ ਇਹ ਸੁਸਾਈਡ ਕਰ ਰਹੇ ਸੀਗੇ ਤਕਰੀਬਨ 1200 ਤੋਂ ਵੱਧ ਪੈਕੇजेस ਜਿਹੜੇ ਨੇ 40 ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਕੈਨੇਡੀਅਨ ਬੇਸਡ ਵੈਬਸਾਈਟਸ ਤੋਂ ਭੇਜੇ ਗਏ ਨੇ ਇਸ ਸਸਪੈਕਟ ਵੱਲੋਂ ਔਰ ਇਹ ਸਾਰੀਆਂ ਵੈਬਸਾਈਟਸ ਦੇ ਜਿਹੜਾ ਓਨਰ ਸੀਗਾ आई सस्पेक्ट्सर चाली देशान दे विच 1200 ਤੋਂ ਵੱਧ ਪੈਕੇਜਸੇ ਭੇਜ ਚੁਕਿਆ ਹੈ ਔਰ ਇਨਵੈਸਟੀਗੇਟਰ ਜਿਹੜੇ ਨੇ ਜਿਹੜੇ ਵੀ ਰੈਜ਼ੀਡੈਂਟਸ ਨੇ ਉਹਨਾਂ ਨੂੰ ਐਡਵਾਈਸ ਕਰਦੇ ਪਏ ਨੇ ਕਿ ਤੁਸੀਂ ਬਿਲਕੁਲ ਪੁਲਿਸ ਨੂੰ ਕੰਟੈਕਟ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਜਗ੍ਹਾ ਤੋਂ ਇਹਨਾਂ ਕੰਪਨੀਆਂ ਤੋਂ ਡਿਲੀਵਰੀਜ਼ ਆਈਆਂ ਨੇ ਜਿਹੜੀਆਂ ਕੰਪਨੀਆਂ ਜਿੰਨਾ ਥੱਲੇ ਆਪਰੇਟ ਕਰ ਰਿਹਾ ਹੈ ਜਿਹੜੇ ਜਿਹੜੀਆਂ ਇਹ ਬੰਦਾ ਆਪਰੇਟ ਕਰਦਾ ਹੈ ਉਹਨਾਂ ਦੇ ਨਾਮ ਨੇ ਇਮ ਟਾਈਮ ਕੁਜ਼ੀਨ ਐਮ ਬੀਓਸੀਏ ਅਕੈਡੈਮਿਕ ਅਕੈਡੈਮਿਕ ਐਸਕੇਪ ਮੋਡ ਐਸਕੇਮੋਡ ਆਈਸਮੈਕ ਇਹਨਾਂ ਕੰਪਨੀਆਂਜ਼ ਰਾਹੀਂ ਇਹਨਾਂ ਵੈੱਬਸਾਈਟ ਰਾਹੀਂ ਇਹ ਜਿਹੜਾ ਬੰਦਾ ਹੈ ਇਹ ਲੋਕਾਂ ਨੂੰ ਇਹ ਡੈਡਲੀ ਸਬਸਟੈਂਸ ਭੇਜ ਰਿਹਾ ਹੈ ਔਰ ਤੁਸੀਂ ਬਿਲਕੁਲ ਆਨਲਾਈਨ ਐਕਟੀਵਿਟੀਆਂ ਤੋਂ ਬਿਲਕੁਲ ਧਿਆਨ ਰੱਖੋ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਕੈਨ ਇਤਲਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸੈਲਫ ਹਾਰਮ ਬਾਰੇ ਜਾਂ ਤੁਸੀਂ ਕੋਈ ਅਸੰਦੀ ਪੇਮੈਂਟ ਦੀ ਟ੍ਰਾਂਜੈਕਸ਼ਨ ਤੁਸੀਂ ਨੋਟਿਸ ਕੀਤੀ ਕਿ ਇਹਨਾਂ ਕੰਪਨੀਆਂਜ਼ ਨੂੰ ਗਈਆਂ ਨੇ ਤੇ ਤੁਸੀਂ ਜ਼ਰੂਰ ਪੁਲਿਸ ਨੂੰ ਕੰਟੈਕਟ ਕਰੋ ਯੂਕੇ ਪੁਲਿਸ ਵੀ 88 ਡੈਥਸ ਨੂੰ ਇਨਵੈਸਟੀਗੇਟ ਕਰ ਰਹੀ ਹੈ ਜਿਹੜੇ ਕਿ ਇਸ ਆਦਮੀ ਦੇ ਨਾਲ ਆਲਰੇਡੀ ਕਨੈਕਟਡ ਹੈਗੀਆਂ ਨੇ ਔਰ ਇਹ ਸਾਰੇ ਪੈਕੇਜ ਜ ਦੇ ਐਨਾ ਅਲੈਚ ਸਾਈਟਸ ਤੋਂ ਐਨਾ ਲੋਕਾਂ ਤੱਕ ਪਹੁੰਚੇ ਸਿਗੇ ਜਿਨ੍ਹਾਂ ਦੀ ਮੌਤ ਹੋਈ ਹੈ ਯੂਕੇ ਦੇ ਵਿੱਚ ਔਰ ਇਨਵੈਸਟੀਗੇਟਰ ਜਿਹੜੇ ਯੂਕੇ ਦੇ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਤਕਰੀਬਨ 232 ਲੋਕਾਂ ਨੂੰ ਆਇਡੈਂਟੀਫਾਈ ਕੀਤਾ ਹੈ ਜਿਨ੍ਹਾਂ ਨੇ 2 ਸਾਲ ਦੇ ਪੀਰੀਅਡ ਦੇ ਵਿੱਚ ਐਨਾ ਵੈਬਸਾਈਟਸ ਤੋਂ ਪ੍ਰੋਡਕਟਸ ਖਰੀਦੇ ਨੇ ਔਰ ਬ੍ਰਿਟਿਸ਼ ਪ੍ਰੋਬ ਜਿਹੜਾ ਹੈ ਉਹ ਵੀ ਇਨਕਰੀਸ ਕਰ ਰਿਹਾ ਹੈ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਇਨਕਰੀਸ ਇਸ ਬੰਦੇ ਬਾਰੇ ਹੋ ਰਹੀਆਂ ਨੇ ਇਨਵੈਸਟੀਗੇਸ਼ਨਸ ਹੋ ਰਹੀਆਂ ਨੇ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ 온ਟਾਰੀਓ ਦੇ ਬਾਹਰ ਵੀ ਜੂਰਿਸਡਿਕਸ਼ਨਸ ਦੇ ਵਿੱਚ ਇਨਵੈਸਟੀਗੇਸ਼ਨਸ ਹੋ ਰ ਆਵਾ ਯੂਨਾਈਟਿਡ ਸਟੇਟਸ ਇਟਲੀ ਆਸਟ੍ਰੇਲੀਆ ਨਿਊਜ਼ੀਲੈਂਡ ਸਭ ਜਗ੍ਹਾ ਤੇ ਇਸ ਬੰਦੇ ਪਰ ਇਨਵੈਸਟੀਗੇਸ਼ਨਸ ਹੋ ਰਹੀਆਂ ਨੇ ਕਿ ਕਿੰਨੇ ਕ ਲੋਕਾਂ ਨੂੰ ਇਹ ਬੰਦਾ ਜਿਹੜਾ ਹੈ ਇਹ ਸਬਸਟੈਂਸ ਦੇ ਚੁੱਕਾ ਹੈ ਔਰ ਇਹ ਜਿਹੜਾ ਸਬਸਟੈਂਸ ਹੈ ਸੋਡੀਅਮ ਨਿਟਰਾਈਟ ਅਸਲ ਦੇ ਵਿੱਚ ਮੀਟਸ ਨੂੰ ਕਿਊਰੇਟ ਕਰਨ ਦੇ ਵਿੱਚ ਹੈਲਪ ਕਰਦਾ ਹੈ ਪਰ ਬਸ ਥੋੜੀ ਜਿਹੀ ਮਾਤਰਾ ਦੇ ਵਿੱਚ ਪਰ ਜੇ ਉਹ ਜਿਹੜਾ ਸਬਸਟੈਂਸ ਹੈ ਜੇ ਕੰਜ਼ਿਊਮ ਕੋਈ ਬੰਦਾ ਕਰ ਲੈਂਦਾ ਥੋੜੀ ਵੀ ਜਿਆਦਾ ਮਾਤਰਾ ਦੇ ਵਿੱਚ ਤੇ ਉਹ ਜਿਹੜਾ ਹੈ ਆਪਣੀ ਮੌਤ ਨੂੰ ਆਪ ਹੀ ਬੁਲਾ ਲੈਂਦਾ ਹੈ ਤੇ ਇਹ ਜਿਹੜਾ ਬੰਦਾ ਹੈ ਇਹਨੂੰ ਲੋਕ ਜੇ ਕੋਈ ਜਿਹੜਾ ਕੰਟੈਕਟ ਕਰਦੇ ਕਈ ਵਾਰੀ ਲੋਕਾਂ ਦੀ ਮਾਨਸਿਕ ਸਥਿਤੀ ਨਹੀਂ ਠੀਕ ਹੁੰਦੀ ਤੇ ਇਸ ਨੂੰ ਕੰਟੈਕਟ ਕਰਦੇ ਨੇ ਤੇ ਪੂਰਾ ਉਹਨਾਂ ਨੂੰ ਗਾਈਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਇਸ ਪ੍ਰੋਡਕਟ ਦੇ ਨਾਲ ਆਪਣੀ ਜਾਨ ਆਪ ਹੀ ਲੈ ਸਕਦੇ ਹੋ